ਤਾਂ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦਾ SYL ਗਾਣਾ ਹੈ ਜੋ ਰਿਲੀਜ਼ ਹੋ ਚੁੱਕਿਆ ਹੈ ਅਤੇ ਰਿਲੀਜ਼ ਹੋਣ ਦੇ ਨਾਲ ਨਾਲ ਹੀ ਠੋਕਵੇਂ ਜਵਾਬ ਨੇ ਜੋ ਗਾਣੇ ਦੇ ਵਿੱਚ ਦਿਖਾਈ ਦਿੱਤੇ ਹਨ। ਜੀ ਹਾਂ ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਬੱਬੂ ਮਾਨ ਨੂੰ ਵੀ ਇਸ ਗਾਣੇ ਦੇ ਵਿੱਚ ਇੱਕ ਰਿਪਲਾਈ ਕੀਤਾ ਗਿਆ ਹੈ। ਜਿਵੇਂ ਕਿ ਬੱਬੂ ਮਾਨ ਸਾਹਿਬ ਦੀ ਇੱਕ ਵੀਡੀਓ ਹੈ ਜੋ ਵਾਇਰਲ ਹੋਈ ਸੀ ਜਦੋਂ ਕਿ ਕਿਸਾਨ ਅੰਦੋਲਨ ਚੱਲ ਰਿਹਾ ਸੀ, ਜੋ ਲਾਲ ਕਿਲੇ ਦੇ ਉੱਪਰ ਝੰਡਾ ਲਹਿਰਾਇਆ ਗਿਆ ਸੀ ਦੀਪ ਸਿੱਧੂ ਹੋਰਾਂ ਦੇ ਵੱਲੋਂ, ਤਾਂ ਉਸ ਝੰਡੇ ਕਰਕੇ ਬਹੁਤ ਸਾਰਾ ਵਿਵਾਦ ਛਿੜ ਗਿਆ ਸੀ, ਜਿਸ ਬਾਰੇ ਵੀ ਬੱਬੂ ਮਾਨ ਇੱਕ ਇੰਟਰਵਿਊ ਦੇ ਵਿੱਚ ਬੋਲਦੇ ਹਨ। ਜਿਸ ਤੋਂ ਬਾਅਦ ਕਿ ਉਹਨਾਂ ਨੂੰ ਰਿਪਲਾਈ ਦਿੰਦੇ ਹੋਏ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਦੇ ਵਿੱਚ ਕੁਝ ਲਾਈਨਾਂ ਪਾਈਆਂ ਨੇ ਕਿ ਨਿਸ਼ਾਨ ਸਾਹਿਬ ਚੜ੍ਹਾਉਣ 'ਤੇ ਕਿਉਂ ਸੀ ਰੋਂਦਾ ਅੜਬ ਪੰਜਾਬੀ। ਤਾਂ ਦੋਸਤੋ ਇਸ ਲਾਈਨ ਦੇ ਨਾਲ ਸਿੱਧੂ ਮੂਸੇਵਾਲੇ ਨੇ ਬੱਬੂ ਮਾਨ ਨੂੰ ਰਿਪਲਾਈ ਕੀਤਾ ਹੈ, ਪਰ ਦੋਸਤੋ ਹਜੇ ਤੱਕ ਕੋਈ ਵੀ ਰਿਪਲਾਈ ਹੈ ਜੋ ਬੱਬੂ ਮਾਨ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਨਹੀਂ ਆਇਆ, ਜੋ ਕਿ ਸੋਸ਼ਲ ਮੀਡੀਆ ਉੱਤੇ ਕੁਝ ਅਫਵਾਹਾਂ ਚੱਲ ਰਹੀਆਂ ਹਨ। ਪਰ ਦੇਖਣਾ ਇਹ ਹੋਵੇਗਾ ਕਿ ਬੱਬੂ ਮਾਨ ਇਸ ਦੇ ਬਾਰੇ ਕੁਝ ਬੋਲਦਾ ਹੈ ਜਾਂ ਨਹੀਂ। ਧੰਨਵਾਦ ਦੋਸਤੋ, ਮਿਲਦੇ ਹਾਂ ਹੋਰ ਅਪਡੇਟ ਦੇ ਨਾਲ।